ਸਾਨੂੰ 13 ਤੋਂ 14 ਤੱਕ ਸਾਨੂੰ ਗਾੜੀ ਮਾਰਤੀ ਨਹੀਂ, ਸਾਨੂੰ ਉਦੋਂ ਵੀ ਨਹੀਂ ਵੜਦਾ, ਸਾਨੂੰ ਉਦੋਂ ਵੀ ਸਾਨੂੰ ਨਹੀਂ ਵੜਦਾ, ਹੁਣ ਉਸੇ ਤਰ੍ਹਾਂ ਫੇਰ ਕਰਨ ਲੱਗੇ। ਜਾ ਕੇ ਮੌਕਾ ਦੇਖਿਆ ਜਾਵੇ ਕੋਈ ਲੈਣ ਦੇਣ ਨਹੀਂ ਮੇਰਾ ਨੂੰ ਹੈਗਾ, ਮੌਕਾ ਦੇਖੋ ਜੀ ਅਫਸਰ ਵੀ ਜੀਵ ਅਫਸਰ ਪਿੱਛੇ ਵੀ ਆ ਜੇ ਮੇਰਾ ਮੌਕਾ ਦੇਖ ਲਿਆ ਕਿ ਮੇਰਾ ਮੈਨੂੰ ਲੈਣ ਦੇਣ ਹੋਵੇ, ਕੋਈ ਗੱਲ ਨਹੀਂ ਹੈ। ਅਤੇ ਇਹ ਵੀ ਹੜੱਪਾਂ ਨੂੰ ਚਾਹੁੰਦੇ ਨੇ ਵੀ ਰੱਬ ਲਈ ਆਪਾਂ ਇਹ ਚਲਾ ਜਾਵੇ, ਉਸ ਮੇਰੇ ਬੱਚੇ ਨੇ ਮੈਂ ਗਰੀਬ ਨਹੀਂ ਦਿਖਾਉਣਾ। 18 ਮਰਲਿਆ, 2 ਮਰਲਿਆ, 10 ਮਰਲਿਆ, 18, 13 ਅੰਦਾਜ਼ਾ 4 ਪੁਰਾਣਾ ਜਗ੍ਹਾ ਬਣ ਗਈ ਹੈ। ਮੈਂ ਇਹ ਕਿਹਾ ਵੀ ਆਪਣੀ ਉੱਥੋਂ ਵਾਲਾ ਜਿੱਥੇ ਦੇਣੀ ਹੈਗੀ ਜਿਹੜੀ ਸਾਡੀ ਜ਼ਮੀਨ ਆ ਉਹ ਜਗ੍ਹਾ ਛੱਡ ਦਿਓ, ਬਾਕੀ ਇਹਦੀ ਜ਼ਮੀਨ ਆ ਸਾਡਾ ਕੋਈ ਰੌਲਾ ਨਹੀਂ। ਦੋ ਸਾਡੀਆਂ ਭੈਣਾਂ, 3 ਅਸੀਂ ਭਰਾ, ਇਸ ਬੰਦੇ ਨੇ ਸਾਡੇ ਦੋਵਾਂ ਭਰਾਵਾਂ ਦੇ ਝੂਠੇ ਐਫੀਡੇਵਿਟ ਲਾ ਕੇ ਉਹ ਆਪਣੇ ਨਾਂ ਕਰਾ ਲਿਆ 18 'ਚ, ਜਦੋਂ ਕਿ ਵਾਰਸ ਹੀ ਪੰਜਾਂ ਦੇ ਹੀ ਲੱਗਦੇ ਆ, ਆਪਣਾ ਤੁਸੀਂ ਸਿਆਣੇ ਹੋ, ਸਾਰੇ ਵਾਰਸ ਲਿਖ ਕੇ ਦੇਣ, ਡਾਇਰੈਕਸ਼ਨ ਫਿਰ ਟ੍ਰਾਂਸਫਰ ਹੋ ਜਾ ਕੇ ਦੋਵਾਂ ਬੰਦਿਆਂ ਲਿਖਿਆ ਹੋਏਗਾ। ਇਹ ਸਾਡੀ ਜ਼ਮੀਨ ਮਾਰਤੀ ਆ ਦਿੱਤੀ ਆ ਪਟੇ ਦੇ, ਬਾਕੀ ਇਹ ਕਮਿਸ਼ਨ ਲੈਂਦੇ ਹਾਂ, ਅਸੀਂ ਕੋਈ ਬੜਾ ਕਰ ਲਿਆ ਖਰਚਾ ਸਾਰਾ ਉਹਦਾ ਲਾ ਕੇ ਸਾਨੂੰ ਬਣਾ ਕੇ ਦਿੱਤਾ, ਪੁਲਿਸ ਜ਼ਿਲ੍ਹਾ ਬਟਾਲਾ ਦੇ ਥਾਣਾ ਘਨੀਏ ਕੇ ਬਾਂਗਰ ਦੇ ਅਧੀਨ ਆਉਂਦੇ ਪਿੰਡ ਕਾਦੀਆ ਰਾਜਪੂਤਾ ਦੇ ਰਹਿਣ ਵਾਲੇ ਜਸਵੰਤ ਸਿੰਘ ਨੇ ਆਪਣੇ ਭਰਾ ਤੇ ਗੰਭੀਰ ਆਰੋਪ ਲਗਾਏ ਨੇ। ਮੀਡੀਆ ਨਾਲ ਗੱਲਬਾਤ ਦੌਰਾਨ ਜਸਵੰਤ ਸਿੰਘ ਨੇ ਆਖਿਆ ਕਿ ਮੇਰੇ ਪਿਤਾ ਦੀ ਮੇਰੇ ਹਿੱਸੇ ਆਉਂਦੀ ਕਰੀਬ 22 ਕਨਾਲਾ ਜ਼ਮੀਨ ਮੇਰੇ ਭਰਾ ਵੱਲੋਂ ਮੈਨੂੰ ਵਾਹੁਣ ਨਹੀਂ ਦਿੱਤੀ ਜਾ ਰਹੀ, ਤੇ ਕਿਹਾ ਕਿ ਉਸ ਜ਼ਮੀਨ ਦੇ ਟਿਊਬਵੈਲ ਦਾ ਕਨੈਕਸ਼ਨ ਵੀ ਮੇਰੇ ਨਾਮ ਤੇ ਹੈ ਅਤੇ ਉਹਨਾਂ ਨੇ ਕਿਹਾ ਕਿ ਮੇਰਾ ਬੇਟਾ ਜਦ ਜ਼ਮੀਨ ਵਿੱਚ ਜਾਂਦਾ ਹੈ ਤਾਂ ਉਹਨਾਂ ਵੱਲੋਂ ਉਸਨੂੰ ਰੋਕ ਦਿੱਤਾ ਜਾਂਦਾ ਹੈ ਅਤੇ ਧਮਕਾਇਆ ਵੀ ਜਾਂਦਾ ਹੈ ਅਤੇ ਉਸਦੀ ਕੁੱਟਮਾਰ ਕਰਨ ਦੀ ਕੋਸ਼ਿਸ਼ ਕਰਦੇ ਨੇ ਪਰ ਉਹ ਉੱਥੋਂ ਬਚ ਨਿਕਲਦਾ। ਮੈਂ ਇਸ ਬਾਰੇ SSP ਬਟਾਲਾ ਨੂੰ ਵੀ ਦਰਖਾਸਤ ਦਿੱਤੀ ਹੈ, ਉਹਨਾਂ ਨੇ ਪ੍ਰਸ਼ਾਸਨ ਤੋਂ ਇਨਸਾਫ਼ ਦੀ ਵੀ ਮੰਗ ਕੀਤੀ ਹੈ। ਇਸ ਮਾਮਲੇ ਜਦ ਦੂਜੇ ਧਿਰ ਨਾਲ ਗੱਲਬਾਤ ਕੀਤੀ ਗਈ ਤਾਂ ਜਸਵੰਤ ਸਿੰਘ ਦੇ ਭਰਾ ਬਸਨ ਸਿੰਘ ਨੇ ਆਪਣੇ ਤੇ ਲੱਗੇ ਸਾਰੇ ਦੋਸ਼ਾਂ ਨੂੰ ਨਕਾਰਦੇ ਆਖਿਆ ਕਿ ਅਸੀਂ ਇਸ ਨੂੰ ਇਸ ਦੀ ਮਾਲਕੀ ਜ਼ਮੀਨ ਵਾਹਨ ਨਹੀਂ ਰੋਕ ਸਕਦੇ, ਇਸ ਦੀ ਜ਼ਮੀਨ ਜਿੱਥੇ ਹੈ ਉੱਥੇ ਉਹ ਵਾਹ ਸਕਦਾ ਹੈ, ਪਰ ਮਸਲਾ ਟਿਊਬਵੈਲ ਦਾ ਕਨੈਕਸ਼ਨ ਧੋਖੇ ਨਾਲ ਆਪਣੇ ਨਾਮ ਕਰਵਾਉਣ ਦਾ ਹੈ। ਇਸ ਬਾਰੇ ਸਾਡੀ ਮਾਣਯੋਗ ਅਦਾਲਤ ਦੇ ਵਿੱਚ ਕੇਸ ਹੋਇਆ ਹੈ, ਜਿੰਨੀ ਦੇਰ ਕੋਰਟ 'ਚ ਕੋਈ ਫੈਸਲਾ ਨਹੀਂ ਆਉਂਦਾ ਉਨੀ ਦੇਰ ਟਿਊਬਵੈਲ 'ਚ ਕੋਈ ਵੀ ਨਹੀਂ ਚਲਾ ਸਕਦਾ। ਇਸੇ ਤਰ੍ਹਾਂ ਉਸ ਦਿਨ ਜਸਵੰਤ ਸਿੰਘ ਦੇ ਬੇਟੇ ਨੂੰ ਟਿਊਬਵੈਲ ਚਲਾਉਣ ਤੋਂ ਮਨਾ ਕੀਤਾ ਤੇ ਇੰਨੀ ਗੱਲ ਵੱਧ ਗਈ, ਬਾਕੀ ਜਿਹੜਾ ਮਾਣਯੋਗ ਅਦਾਲਤ ਦੇ ਵਿੱਚ ਕੇਸ ਚੱਲ ਰਿਹਾ ਉਸਦਾ ਫੈਸਲਾ ਆਏਗਾ, ਉਸਦੇ ਹੁਕਮਾਂ ਦੀ ਪਾਲਣਾ ਕਰਾਂਗੇ। ਹੋਰ ਕੀ ਕੁਝ ਕਿਹਾ ਹੈ ਔਰ ਤੁਹਾਨੂੰ ਉਹ ਵੀ ਜ਼ੁਬਾਨੀ ਸੁਣਾਉਂਦੇ ਆ। ਦੱਸ ਦਈਏ ਕਿ ਬਾਕੀ ਜਿਹੜਾ ਜਾਂਚ ਦਾ ਵਿਸ਼ਾ ਜੋ ਵੀ ਸਾਹਮਣੇ ਆਉਂਦਾ ਹੈ ਤੁਹਾਡੇ ਨਾਲ ਨਵੀਂ ਅਪਡੇਟ ਸਾਂਝਾ ਜ਼ਰੂਰ ਜਲਦ ਕੀਤੀ ਜਾਵੇਗੀ। ਬਟਾਲਾ ਤੋਂ ਜਤਿੰਦਰ ਸੋਢੀ ਦੀ ਰਿਪੋਰਟ, KRT ਨਿਊਜ਼ ਨੈਟਵਰਕ। ਮੇਰਾ ਨਾਮ ਜਸਵੰਤ ਸਿੰਘ, ਪੁੱਤਰ ਜਗਿੰਦਰ ਸਿੰਘ, ਪਿੰਡ ਕਾਦੀਆਂ ਰਾਜਪੂਤਾਂ, ਤਹਿਸੀਲ ਬਟਾਲਾ, ਜ਼ਿਲ੍ਹਾ ਗੁਰਦਾਸਪੁਰ, ਥਾਣਾ ਘਣੀਏ ਕੇ ਬੰਗਲੇ। ਕੀ ਗੱਲ ਹੋਈ ਆ ਤੁਹਾਨੂੰ ਪਲੈਟਫਾਰਮ? ਗੱਲ ਜੀ ਇਹ ਹੋਈ ਹੈ ਜੀ, ਸਾਡਾ ਲੜਕਾ ਪੱਠੇ ਪਿੰਡ ਗਿਆ ਅੱਜ 13 ਤਰੀਕ ਨੂੰ, 9 ਵਜੇ ਟਾਈਮ ਸੀ, ਕੁਝ ਬੰਦੇ ਜੇ ਹੱਟ ਗਏ ਨੇ, ਭਗਵੰਤ ਸਿੰਘ, ਜਗਜੀਵਨ ਸਿੰਘ, ਆਉਂਦਾ ਵੀ ਆਪਣੇ ਪਿਓ ਨੂੰ ਅੱਗੇ ਪੈਜਣਾ ਬੜੇ ਆ, ਤੁਹਾਨੂੰ ਪੈਲੀ ਨਹੀਂ ਹੋਣ ਦੇਣੀ, ਨਾ ਤੁਹਾਨੂੰ ਮੁੜ ਚਲਾਉਣ ਦੇਣੀ ਆ। ਉਹ ਆਉਂਦਾ ਤੁਹਾਡਾ ਕੀ ਜਾਣਦਾ ਵੀ ਨਹੀਂ ਆਹ ਹੋਣ ਦੇਣੀ। ਇਹ ਸਾਰ ਬੇਨਤੀ ਆ ਵੀ ਸਾਨੂੰ 13 ਤੋਂ 17 ਤੱਕ ਸਾਨੂੰ ਗਾੜੀ ਮਾਰਤੀ ਨਹੀਂ, ਸਾਨੂੰ ਉਦੋਂ ਵੀ ਨਹੀਂ ਵੜਦਾ, ਉਦੋਂ ਵੀ ਸਾਨੂੰ ਨਹੀਂ ਵੜਦਾ, ਹੁਣ ਉਸੇ ਤਰ੍ਹਾਂ ਫੇਰ ਕਰਨ ਲੱਗੇ ਨੇ। ਉਹਦੇ 13 ਤਰੀਕ ਨੂੰ ਆਖਣ ਲੱਗੇ ਸਾਡੀ ਪੈਜਣਾ ਬੜੇ, ਲੋਕਾਂ ਨੇ ਝੋਨਾ ਲਾ ਲਿਆ, ਸਾਡਾ ਝੋਨਾ ਲਗਾਉਣਾ। ਮੈਂ ਉਸੇ ਵੇਲੇ ਬਟਾਲਾ ਸਾਹਿਬ ਅਸੀ ਸ਼ਾਹ ਦਫ਼ਤਰ ਗਿਆ, ਦਰਖਾਸਤ ਅਸੀ ਸ਼ਾਹ ਦਿੱਤੀ, DGP ਨੂੰ ਵੀ ਮਾਰ ਕੀਤੀ ਆ, ਪਰ ਸਾਡੀ ਅੱਜ ਤੱਕ ਕੋਈ ਸੁਣਾਈ ਨਹੀਂ ਹੋਈ। ਮੈਂ ਬਹੁਤ ਪਰੇਸ਼ਾਨ ਹੈਗਾ ਜੀ, ਮੈਂ ਬੇਨਤੀ ਕਰਦਾ ਕਿ ਮੈਨੂੰ ਆਹ ਹੱਕ ਮੇਰਾ ਦਵਾਇਆ ਜਾਏ, ਕਿਉਂਕਿ ਉਹਨਾਂ ਕੋਲ ਕੁਛ ਨਹੀਂ ਹੈਗਾ। ਆਹ ਮੇਰੇ ਪਿਓ ਦੀ ਮਾਲਕੀ ਆ, 66 ਗਣਾਂ ਕੋਈ ਮਰਲੇ ਆ, 66 ਗਣਾਂ ਕੋਈ ਮਰਲੇ ਆ, ਅਤੇ ਇਹ ਮੇਰਾ ਹੱਕ 22 ਗਣਾਂ 18 ਮਿੰਟ ਬਣਦਾ ਵਾ, ਜੋ 21 ਗਣਾਂ ਮੈਂ ਬਾਹਰ ਆ। ਆਹ ਮੋਟਰ ਵੇਖੋ ਮੇਰੇ ਨਾਂ ਆ, ਪਹਿਲਾਂ ਮੋਟਰ ਮੇਰੇ ਨਾਲ 5 ਦਾ ਕਨੈਕਸ਼ਨ ਸੀ, ਮੈਂ ਵਧਾ ਕੇ ਉਹਨੂੰ 7 ਕੀਤਾ ਵਾ, ਸਾਦਾ ਕਰਕੇ ਤੋ ਇਹਨਾਂ ਲੈਣਾ ਦਾ ਕੋਈ ਨਹੀਂ ਮੋਟਰ ਜਾਗਾ। ਜ਼ਮੀਨ ਤਾਂ ਕਬਜ਼ਾ ਕਰਨ ਚਾਹੁੰਦੇ ਜੀ, ਅੱਗੇ ਵੀ 13 ਦੇ ਵਿੱਚ 4 ਸਾਲ ਸਾਨੂੰ ਪੈਸੇ ਮੋਹਣ ਦਿੱਤੀ, ਹੁਣ ਵੀ ਉਸੇ ਨੀਤਣਾ ਹੀ ਆ, ਪਰ ਉਹ ਪੈਸਾ ਬਹੁਤ ਆ। ਮੇਰਾ ਭਰਾ ਸੈਕਟਰੀ ਲੱਗਾ ਬਸਣ ਸਿੰਘ,
फैक्ट्री दौरान उन्हें 15 किले पाई, एक पंप, 2 कोठियां, गोदाम, 5 मोटर ट्यूबवैल, इन्नी जायद बना गई। वो मेरी जमीन हड़पनी चाहता भी चला जाए इतों, ये जमीन का मैं कब्जा कर लवा। मेरे 2 बच्चे ने, एक बच्चा मेरा शहर जाता, एक बच्चा मेरे घर रहा। मैं फिर ना कोई नहीं, कोड़ा डैंजर कोई नहीं है जी, कोई अपनी जमीन वक्री जा पूरा वक्रा मेरा जी, जाके मौका देखा जाए, कोई लैन देना नहीं मेरा उन्होंने है जी, मौका देखो जी, अफसर भी जीवन अफसर जिससे नहीं आ जाए, मेरा मौका देख ले आने के, मेरा कोई लैन देना हो, कोई गल नहीं है। धक्के पै जी कब्जा करना चाहते हैं, ये चले जाए तो बड़ा नहीं पाई ना जी। साढ़े प्यो की मालकी आ 67 कराला कुछ मरले आ, मेरे हिस्से नहीं आती आ 22 कराला से 18 मरले, उन्होंने जमीन वक्री है, उन्होंने वक्री चढ़ी है, मेरे प्यो ने वसीह की जो वसीह के संबंध में हाठी पै मेरे ना चढ़ी आ, मैं उन्हें कोई वादू जमीन ना मेरे को हैगी ना, जिस मर्जी इंक्वायरी करा उन्होंने निकले मैं देन तो रहागा, सो मेरी जमीन उन्होंने निकल गई आ, मैं दे नहीं रहे छे नहीं रहे, तो यही हड़पन चौं डेर भी हड़प ली आप चला जाए इतों, दसो मेरे बच्चे ने मैं गरीब ने की खाना। मेरा जी भरा बसर सिंह आ, उसका लड़का भगवंत सिंह, उसका भतीजा सुखजीवन सिंह, बसर सिंह बहुत अपने आप अकाली लीडर गिरता जी, अपना लीडर बनया फिरता, इन्हें मैनू रोड छड़िया जी, मेरा छड़िया कख नहीं बंदे इन्हें। मैं जी एस एस पी साहब जो पेश होया उ मैं 13 गया, सब साहब बैठे नहीं, मैं फिर डी जी पी साहब ने उस मार्क ईमेल दिखा की थी डी जी पी साहब ने, 14 में फिर गया मैं साहब से पेश होकर मैं दिखा दी, तो अजे तक पुलिस वाले मेरे घर कोई बंदा नहीं आया, क्योंकि सियासी दबा करके गिर लो जा पैसा बहुत इन्ना वा, मेरी पेश ही जान दी डिग्री की, लोगों ने झोना ला लिया, मेरा झोना लगन वाला दसो मैं खाना गई। पहला भी 13 से 17 तक मेरी जमीन नहीं मुड़ती, 4 साल सब जमीन च नहीं बन सन, वह काम फिर हूँ कर शुरू कर दिया जाने, जो पहला किया हूँ शुरू कर लिया। मैं बेनती करना जे मेरी जे नान साफ मिलया, मैं किसान जब पसीन लै गई, मैंने संघर्ष लड़ना पाया, मैं संघर्ष ही लड़ागा, उच्च अफसर तक बेनती करना भी मेरी वो तो वो साफ तो जाए, मौके से आकर इंक्वायरी की, मेरा कोई गलां हो चलो तैयार सर। मेरा नाम सरदार बसंत सिंह, पिंड पातिया राजपूत तहसील बटाला जिला गुरदासपुर। साढ़े पिता की 67 कराला से 16 मरले जगह सी, 3 ही भाई हाँ, तिना ना बराबर साढ़े जगह होनी सी, 22 कराला से 12 मरले सू जगह होंगी है तिना भरावान, तो आप फर्द की कित्या 67 कराला 16 मरले पटवारी को बनाई 29/24/5/23 की, तो 22/12/12 मरली इसे ना एक मरला अगवा चढ़िया वा, तो वो घर दा एक नाल 17 मरले आ चढ़िया, ये 18 साल साढ़े सांझे रिश्तेदार पै गए ना वादा कट्टा जमीन का, मेरा भतीजा सुखजीवन आ उहदे वल्लों रजिस्ट्री एक नाल 17 मरले की इहदी घर दी नूं कीती गई है, इहदे नाल रकबा 22 कराला 18 मरले हो गया, जदों कि 22/12 होना सीगा 6 मरले जगह इहदे नाल वध चढ़ गई है, साडा पराली का कोई रौला नहीं हैगा, रौला साडा मोटर का वा जो लाउण डिया दोष भी मेरी पैली डक दी, पैली डकन का मतलब ही कोई नहीं, साडा जिथे दी मालकी आ अपनी वाहवे, एक रकबा वा साडा सगों 4 कराला जगह ये साडी दब के बैठा वा, आ बालकी दी जिथे हैगी आ नंबरां दे विच जिदां इहदी हैगी आ 10/18 मरले आ 2 मरले आ 10 मरले आ 18/13 अंदाजा 4 कराला जगह बनती है, मैं क्या इहनूं भी अपनी उत्थों वाला जिथे दी हैगी जिहड़ी साडी दवाउण डिया उह जगह छड्ड दे, बाकी इहदी जमीन आ साडा कोई रौला नहीं गा, रिहा रौला बब्बी दा उहदा हैगा साडे डैडी दा कनैक्शन, 3 हॉर्सपावर दा कनैक्शन सी इक, ते वो इन्हें अपने नाल 18 च ट्रांसफर करा लिया, उन्होंने कहा कि ये मेरे नाते है कॉपी भी दिखाई, हाँ वो सच्चाई है आप ही सरदार जोगिंदर सिंह के 5 अधिकारी वारस हैं,
दो साड़ियां भैणां तिन असी भरा इस बंदे ने साडे दोवां भरावां दे झूठे एफिडेविट ला के तो अपने नाम करा लिया 18 च जदों के वारस ही पंजां दे ही लगदे अपना तुसीं सियाणे हो सारे वारस लिख के देण कनैक्शन फिर ट्रांसफर होता कि दोवां बंदे लिखा होता मान लो दोवां ते हो भी गया तां वी दूजे दोवां दे लैणे ਜਿੰਨੇ ਵਾਰ ਸਾਰਿਆਂ ਦੇ ਲੈ ਕੇ ਤਾਂ ਆਪਾਂ ਕਰਨੇ ਸੀਗਾ ਅਸੀਂ ਉਹ ਉਹਨਾਂ ਟਰਾਂਸਫਰ ਲਾਉਣ ਲੱਗਿਆ ਮੇਰਾ ਬੇਟਾ ਗਿਆ ਉੱਥੇ ਬਿਜਲੀ ਘਰ ਉੱਥੋਂ ਸਾਨੂੰ ਪਤਾ ਲੱਗਾ ਇਹ ਡੈਡੀ ਦਾ ਲੱਖਣ ਲੱਗਾ ਕਿੰਨੇ ਹਾਸ ਪਾਵਰ ਹੈ ਮੋਟਰ ਮੋਟਰ ਵੀ ਹਾਸ ਪਾਵਰ ਵੀ ਵਧਾ ਲਈਏ ਨੇ ਅਤੇ ਕਨੈਕਸ਼ਨ ਟਰਾਂਸਫਰ ਆਪਣੇ ਨਾਲ ਕਰਾ ਲਿਆ ਫਿਰ ਅਸੀਂ ਉਹਨੂੰ ਕੋਰਟ 'ਚ ਲੈ ਕੇ ਗਏ ਹਾਂ ਕੇਸ ਨੂੰ ਕੋਰਟ ਦੇ ਵਿੱਚ ਕੇਸ ਆ ਸਾਡੀ ਜਦੋਂ ਮੇਰੇ ਝੂਠੇ ਦੇ ਸਰਟੀਫਿਕੇਟ ਬਣਾ ਲਏ ਆ ਆਪਣਾ ਅਤੇ ਸਾਡੀ ਭੈਣ ਆ ਬਲਜੀਤ ਕੌਰ ਉਹਨੇ ਆ ਕੋਰਟ 'ਚ ਕੇਸ ਕਰਤਾ ਉੱਥੇ ਕੋਰਟ 'ਚ ਕੇਸ ਚੱਲਣ ਡਿਆ ਜਿਹੜਾ ਆਉਂਦਾ 13 ਤਰੀਕ ਨੂੰ ਮੇਰੇ ਬੱਚੇ 'ਤੇ ਗਲ ਪਏ ਆ ਇਹਨੂੰ ਆਹ ਜਿਹੜਾ ਕੇਸ ਉੱਥੇ ਹੋਇਆ ਵਾ ਨਾਲ ਪੈਲੀ ਬਾਰੇ ਮੈਂ ਥਾਣੇ ਲਿਖ ਕੇ ਦੇ ਕੇ ਆਇਆ ਆਪ ਵੀ ਸਾਡਾ ਕਨੈਕਸ਼ਨ ਸਾਂਝਾ ਵਾ ਇਸ ਬੰਦੇ ਨੇ ਜਾਲੀ ਆਪਣੇ ਨਾਲ ਕਰਾ ਲਿਆ ਕਰਕੇ ਅਤੇ ਇਹ ਮੈਂ ਡੱਕਿਆ ਜਾਵੇ ਪੁਲਿਸ ਵਾਲਿਆਂ ਨੇ ਸੱਦਿਆ ਦੋਵਾਂ ਪਾਰਟੀਆਂ ਨੂੰ ਨਾਲ ਪਿੰਡ ਦੇ ਬੋਧਗੜ੍ਹ ਵੀ ਗਏ ਆ ਉਹਨਾਂ ਕਿਹਾ ਵੀ ਨਾ ਤੁਸੀਂ ਕਨੈਕਸ਼ਨ ਚਲਾਓ ਅਤੇ ਨਾ ਇਹ ਚਲਾ ਦਿਓ ਇਹ ਕੋਰਟ ਦਾ ਮੈਟਰ ਆ ਜੋ ਕੋਰਟ ਡਿਸੀਜਨ ਦੇਵੇਗੀ ਫਿਰ ਤੁਸੀਂ ਚਲਾ ਦਿਓ ਅਤੇ ਹਾਂ ਬਿਲਕੁਲ ਸਹੀ ਉਹਦੇ ਬਾਰੇ ਇਹ ਕਹਿੰਦੇ ਹਾਂ ਵੀ ਜਦੋਂ ਥਾਣੇ ਸੱਦ ਕੇ ਪੁਲਿਸ ਨੇ ਕਹਿਤਾ ਸੀਗਾ ਵੀ ਨਾ ਤੁਸੀਂ ਕਨੈਕਸ਼ਨ ਚਲਾਓ ਅਤੇ ਨਾ ਉਹ ਚਲਾਓ ਇਹਦਾ ਤੁਹਾਡਾ ਝਗੜਾ ਪੈ ਗਿਆ ਤੁਸੀਂ ਪੈਲੀ 'ਚ ਨਹੀਂ ਚਲਾਉਣਾ ਇਹਨੇ ਫਿਰ ਆਣ ਕੇ ਮੋਟਰ ਫਿਰ ਚਲਾਤੀ ਉਹ ਬੇੜੇ ਨੇ ਕਰਮਜੀਤ ਨੇ ਬੇੜਾ ਦਾ ਕਰਮਜੀਤ ਆਇਆ ਚਲਾਉਣ ਮੇਰੇ ਤੋਂ ਛੋਟਾ ਮੇਰਾ ਭਰਾ ਆ ਜਿਹੜਾ ਇਹ ਗੁਰਦੈਲ ਸਿੰਘ ਆ ਉਹਨੇ ਆਣ ਕੇ ਕਿਹਾ ਵੀ ਤੈਨੂੰ ਕੱਲ੍ਹ ਥਾਣੇ ਸੱਦਿਆ ਸੀਗਾ ਅਤੇ ਤੈਨੂੰ ਕਿਹਾ ਵੀ ਨਾ ਚਲਾਓ ਕਿਉਂ ਝਗੜੇ ਵਾਲੀ ਗੱਲ ਕਰਦੇ ਮਤਲਬ ਮੋਟਰ ਨਾ ਚਲਾਓ ਇਹ ਤੋਂ ਵੱਧ ਕੋਈ ਗੱਲ ਨਹੀਂ ਕੀ ਉਹਨੇ ਆਖਿਆ ਨਹੀਂ ਚਾਚਾ ਮੈਂ ਚਲਾਉਂਦਾ ਜੇ ਕੋਈ ਆਖੋ ਹੋਰ ਗੱਲ ਕੋਈ ਨਹੀਂ ਪਰ ਇਸ ਬੰਦੇ ਨੇ ਹੁਣ ਐਸ ਐਸ ਪੀ ਨੂੰ ਦਰਖਾਸ਼ਤਾਂ ਦਿੱਤੀਆਂ ਤਾਂ ਦਿੱਤੀਆਂ ਨੇ ਜਿਹਦੇ ਵਿੱਚ ਸਾਡੀਆਂ ਜਨਾਨੀਆਂ ਦੇ ਨਾਂ ਵੀ ਲਿਖੇ ਆ ਮੇਰੇ ਬੱਚਿਆਂ ਦੇ ਵੀ ਲਿਖੇ ਆ ਮੇਰੇ ਖੁਦ ਲਿਖੇ ਆ ਅਤੇ ਮੈਂ ਪਰਮਾਤਮਾ ਨੂੰ ਜਾਣ ਦੇਣੀ ਆ ਆਹ ਬਾਬੇ ਸਿਰਚਾਂ ਦੀ ਫੋਟੋ ਆ ਜੇ ਉੱਥੇ ਮੇਰੀਆਂ ਜਨਾਨੀਆਂ ਘਰ ਦੀਆਂ ਆਈਆਂ ਹੁਣ ਮੈਂ ਉੱਥੇ ਆਇਆ ਹੋਵਾਂ ਕੋਈ ਗੱਲ ਹੋਈ ਹੋਵੇ ਇਹ ਝੂਠੇ ਐਲੀਗੇਸ਼ਨ ਲਾਉਣ ਦਾ ਪੁਰਾਣੀ ਆਦਤ ਪਈ ਇਹਨੂੰ ਤਾਂ ਚਿੱਠੀਆਂ ਕਰਦੇ ਪਾਉਂਦਾ ਵਾ ਆਹ ਝੂਠਾ ਸਿਆਸਾ ਪਾ ਕੇ ਸਾਨੂੰ ਅੱਗੇ ਜਨਾਨੀਆਂ ਦੇ ਕੋਰਟ 'ਚ ਖੜਿਆ ਆਹੀ ਭਰੀ ਹੋਏ ਆ ਆਹ ਵੇਖੋ 16 ਸਾਲ 'ਚ ਇਸ ਬੰਦੇ ਨੇ ਸਾਰੀਆਂ ਜਨਾਨੀਆਂ ਸਾਡੀ ਬੰਦੇ 6 ਸਾਰੇ ਇੱਕ ਬੇਟਾ ਮੇਰਾ ਪੂਰਾ ਹੋ ਗਿਆ ਉਹਨੂੰ ਵੀ ਸਿਕਾਸੇ ਰੱਖਿਆ ਮੁੜ ਕੇ ਟੈਨਸ਼ਨ ਨਾਲ ਕੁੜੀ ਜਿਹਾ ਬੱਚਾ ਡੱਬਾ ਗਾਂਹ ਗਿਆ ਵਾ 3 ਸਾਲ ਸਾਨੂੰ ਉੱਥੇ ਕੋਰਟ 'ਚ ਨਜਾਇਜ਼ ਨਹੀਂ ਤਾਂ ਪਿੱਛਿਆ ਮੇਰੇ ਘਰ ਆਣ ਕੇ ਪੈ ਗਿਆ ਕੋਈ ਮੈਂ ਪਰਮਾਤਮਾ ਕੋ ਡਰਕਿਆ ਨਾ ਜਿਹਦੇ ਘਰ ਮੈਂ ਪੈਰ ਵੀ ਪਾਇਆ ਹੋਵੇ ਇਹਦੇ ਘਰ ਗਿਆ ਵਾਂ ਮਾਰਨ ਦੀ ਗੱਲ ਤਾਂ ਕਿਤੇ ਰਹਿੰਦਾ ਸਿਰ 'ਚ ਡਾਂਗ ਮਾਰੀ ਵਸਣ ਸੁਣ ਆਣ ਕੇ ਅਤੇ ਇਹਨੇ ਝੂਠਾ ਸਿਕਾਸਾ ਪਾ ਕੇ ਮੈਨੂੰ ਕੋਰਟ 'ਚ ਖਿੱਚਿਆ ਨਾਲ ਜਨਾਨੀਆਂ ਸਾਡੀਆਂ 3 ਸਾਲ ਉੱਥੇ ਹੀ ਭੁਗਤਿਆਂ ਅਤੇ ਕੋਰਟ ਦੇ ਬਾਅਦ ਬਾਜਤ ਬਰੀ ਕੀਤਾ ਸਾਨੂੰ ਅਤੇ ਹੁਣ ਵੀ ਝੂਠੇ ਐਲੀਗੇਸ਼ਨ ਲਾ ਕੇ ਮੇਰੇ ਬੱਚੇ ਨੂੰ ਮਾਰਨ ਪਏ ਆਣ ਕੇ ਪੱਠੇ ਬਣਾਇਆ ਅਤੇ ਜਦੋਂ ਤੁਹਾਨੂੰ ਥਾਣੇ ਸੱਦ ਕੇ ਕਹਿਤਾ ਵਾ ਕਿ ਤੁਹਾਡਾ ਸਕੂਲ ਦਿਆ ਕੋਰਟ 'ਚ ਕੇਸ ਚੱਲਣ ਡਿਆ ਪੁਲਿਸ ਨਾਲ ਸੱਦ ਕੇ ਕਹਿਤਾ ਦੋਵਾਂ ਪਾਰਟੀਆਂ ਪਿੰਡ ਦੇ ਬੰਦੇ ਬਹੁਤ ਪੁਰਾਣੀ ਹਾਰੀ 'ਚ ਫਿਰ ਆਣ ਕੇ ਚਲਾਉਣ ਦਾ ਮਤਲਬ ਨਹੀਂ ਬਣਦਾ ਵੀ ਆਇਆ ਫਿਰ ਹੁਣ ਛੋਟੇ ਭਰਾ ਨੇ ਆਣ ਕੇ ਡੱਕਤਾ ਇਹ ਉਲਟਾ ਹੁਣ ਆਹ ਦਰਖਾਸ਼ਾਂ ਦੇਣ ਡਿਆ ਸਾਰਾ ਟੱਬਰ ਹੀ ਇੱਥੇ ਡੱਕਣਾ ਆ ਜਨਾਨੀਆਂ ਵੀ ਡੱਕਣਾ ਜਾਂ ਬੰਦੇ ਵੀ ਡੱਕਣਾ ਆ ਇਹ ਝੂਠੀਆਂ ਗੱਲਾਂ ਕਰਦਾ ਆਦੀ ਆ ਝੂਠੇ ਸਿਕਾਸੇ ਕਰਦਾ ਝੂਠੀਆਂ ਦਰਖਾਸ਼ਾਂ ਦੇਣ ਦਾ ਆਹ ਵੇਖੋ ਜਿਸ ਤਰ੍ਹਾਂ ਮਤਲਬ ਆ ਕੀਤੀਆਂ ਨੇ ਐਸ ਐਸ ਪੀ ਨੂੰ ਦਰਖਾਸਤ ਦਿੱਤੀ ਆ ਮੇਰੀ ਘਰ ਦੀ ਆਂਗਨਵਾੜੀ 'ਚ ਆ ਉਹ ਗੁੰਡਾ ਸਾਹਿਬ ਨੂੰ ਗਈ ਆ ਇਹ ਇਹਦਾ ਸਰਟੀਫਿਕੇਟ ਗਲਤ ਆ ਜਦੋਂ ਕਿ ਕੋਈ ਗੱਲ ਨਹੀਂ ਹੈਗੀ ਉੱਥੋਂ ਬਾਅਦ ਤਾਂ ਉਹਨਾਂ ਬਰੀ ਕਰਕੇ ਰਿਪੋਰਟ ਸਾਰੀ ਐਸ ਐਸ ਪੀ ਨੂੰ ਭੇਜੀ ਆ ਫਿਰ ਇਹ ਡੀ ਸੀ ਨੂੰ ਦਰਖਾਸਤ ਦਿੱਤੀ ਆ ਉਹਦੀ ਚੱਲਣ ਡਈ ਆ ਇਨਕੁਆਇਰੀ ਅਤੇ ਕਦੀ ਕਿਸੇ ਬੰਨੇ ਇਹਦਾ ਕੰਮ ਹੀ ਸ਼ਿਕਾਇਤਾਂ ਕਰਦਾ ਅਸਲ ਕਾਰਨ ਆ ਵੀ ਅੱਜ ਤੋਂ 25-30 ਸਾਲ ਸਾਡੇ ਨਾਲ ਵੱਖਰਾ ਹੋ ਗਿਆ ਅਸੀਂ ਦੋ ਭਰਾ ਇਕੱਠੇ ਰਹਿੰਦੇ ਹਾਂ ਮੇਰਾ ਇੱਕ ਭਰਾ ਬਾਹਰ ਗਰੀਸ ਚੱਲ ਗਿਆ ਵਾ ਕਰਨੈਲ ਸਿੰਘ ਮੈਂ ਵੀ ਮੁਲਾਜ਼ਮ ਹਾਂ ਮੇਰਾ ਬੱਚਾ ਵੀ ਮੁਲਾਜ਼ਮ ਮੇਰੀ ਘਰ ਦੀ ਮੁਲਾਜ਼ਮ ਆ ਮਿਹਨਤ ਕਰਦੇ ਆ ਬੱਚਾ ਮੇਰਾ ਭਰਾ ਨੇ ਵੀ ਪੈਸੇ ਬਾਹਰੋਂ ਘੱਲੇ ਆ ਮਿਹਨਤ ਕਰਕੇ ਜ਼ਮੀਨ ਜ਼ਿਆਦਾ ਬਣਾਈ ਆ ਮੈਂ ਉਹ ਗੱਲ ਦੱਸਣ ਲੱਗਾ ਵੀ ਉਹ ਹੁਣ ਅੱਜ 88 ਸਨ ਤੋਂ ਲੈ ਕੇ 90 ਤੋਂ ਲੈ ਕੇ ਆਪਾਂ ਪੈਲੀਆਂ ਵੇਗਾ ਹੱਥ ਖੱਟਾ ਦੋ ਲੈਂਦੇ ਹਾਂ ਮਿਹਨਤ ਕਰਦੇ ਹਾਂ ਮੁਲਾਜ਼ਮੇ ਲੱਗੇ ਹਾਂ ਪੈਲੀਆਂ ਵੀ ਠੇਕੇ 'ਤੇ ਲਈਆਂ ਇੱਕ ਭਰਾ ਮੇਰਾ ਛੋਟਾ ਗਰੀਸ 'ਚ ਗਿਆ ਕਰਨੈਲ ਉਹ ਬਾਹਰ ਆ ਉਹ ਬਾਹਰੋਂ ਪੈਸੇ ਘੱਲਦਾ ਸੀਗਾ ਅਸੀਂ ਵੀ 3 ਮੁਲਾਜ਼ਮ ਸਾਂ ਇਹਦੇ ਵਾਂਗੂ ਫਿਰਦੇ ਥੋੜ੍ਹੇ ਹਾਂ ਬਾਹਰ ਕਦੇ ਤੁਰਿਆ ਫਿਰਦੇ ਹਾਂ ਕਦੀ ਕਿ ਇਹਨੂੰ ਝੂਠੀਆਂ ਆਪਣੇ ਰਿਸ਼ਤੇਦਾਰਾਂ ਨੂੰ ਪਾ ਕੇ ਇਹਨੇ ਐਤਵਾਰ 'ਚ ਚਿੱਠੀਆਂ ਸੱਗੀ 40 ਕੁ ਰੁਪਈਆ 80,000 ਲਾਇਆ ਇਹ ਪੇਕਿਓ ਪੈਲੀ ਲਿਆਇਆ 5 ਕਰਾਂ 'ਚ ਵੇਚ ਕੇ ਆ 2 ਘਰ ਬਣਾਏ ਦੇ ਆ ਇਹ ਘਰ ਤੋਂ ਮਕਾਨ ਨਹੀਂ ਇਕੱਠੇ ਖੜ੍ਹੇ ਕਰ ਸਕਦਾ ਉਹ ਪੈਲੀ ਚੜ੍ਹੀ ਆ ਉਹਦੇ ਕਰਕੇ ਮਤਲਬ ਉਹ ਪੈਸੇ ਲਿਆ ਕੇ 2 ਮਕਾਨ ਬਣਾਏ ਆ
तो बच्चों की जिंदगी खराब करती है। अभी मेहनत कर रहे अपने बच्चे भी पढ़ाए अपना कारोबार सैट किया हूँ कनैक्शन आ अपना पेट्रोल पंप रोड से निकले अभी अखबार च बच्चे ने अपलाई किया बड़े बड़े पैसे बदे सके परमात्मा बाबे सिरचर नहीं मानिया उन्होंने सानू मिल गया तो अं थान दिता अपना जमीन पटे दी आई कमीशन लेने पंप कंपनी का ये साड़ी जमीन मालकी हाँ दी है पटे बाकी कमीशन लेने अभी कोई बड़ा का कर लिया खर्चा सारा उन्होंने ला ला के सू बना के दिता तो आखी जाना पंप कि ला लिया कर लिया गल वाली ने दूजा रफ छपड़िया पिंड का पंचायती छपड़िया ये दूजा तो रोक लाने ये पुछो भी नौ कनाल तो एक मरला रकबा साढ़े छपड़ता वा अद्धे पिंड का पानी पैन दिया जिहड़ा कनाल थान रह गया सारी जगह इस बंदे ने कल ने बल ली है मिट्टी पा के घर बना लिया इतों तक कि बाजवा साहब इलैक्शन जो घर आए तो उन्होंने ये लफ्ज कहे थे कि जहेदारा तू मोहरी ला ली आोड़ पा ले गल तेन घर इतने छप्पड़ नहीं हटाना चाहिए ये दूजा ने तो लंबा दोष ये अपनी गल करे अपनी पीढ़ी थले छोटा फिरदा नहीं है यही यही पैली हाँ टक्की की लैनी है दसो आडा परमात्मा ने मैंने दिता सब कुछ दिता रब का तो मैं अपनी रोटी खा दिया कमा के इलाके च ना आया इज्जत मैं दो ढाई ग्राम पैली जी प्यो की जिनी मालती है कि मरला थान सरसाई इस बंदे ने लिया बच्चा ये वक्रा कछड़िया अपना वह दो बेड़िया वोदिया वो बेचारा शहर दिहाड़ी लाने जाता 200-400 रुपया लिया के अपने बच्चे पालन दिया दूजे बच्चे का ने विह किया भी घर की छड़ के चल गई यदि करतूत करके ना इन्हें कोई काम करा ना रोटी है घर है जवाई जवाई में धक्कियां देता कि अद्धी अद्धी तनखा जवाई के कोलों अपने घर मंगा दिया बेड़ी ने अपने घर भालिया इस बंद ने की करतूत इस बंद दसी ये साढ़े दोष लाने अपनी पीढ़ी थले छोटा फिर कि मैं कड़ी करतूत कर दिया किसी जी ना दसो एक बच्चा तेरे हाडा ना बन बच्चा तो बना पड़ेगा वो बेचारा शहर दिहाड़ी लाने जाता जी तो एक बेटी दसवीं च पढ़ रही है एक पढ़ रही है छेवीं तो उन्होंने चाहिए ना जो तीन किले पैली प्यो दिए तो भी हक मंग बनता किला एक दे कुछ गल नहीं बेचारा दिहाड़ी ला के कमा के बच्चे पालन लिया दुखी है तो दूजा भी बेचारा घर ही है कोई गलबात नहीं गई रोप सारे जो सरासर गलत है बेबुनियाद आ मतलब ही कौन नहीं बनता तुम दसो जी मालकी है जो ये ना चढ़ी है पैली कट्ठी है एक बंद सानू टक्कर का बदली कोई नहीं साडा ना ना मालकी जी मालकी तो ना आ गई बिल्कुल असं बदली को हाँ कौन टक्कर ट्यूबवैल का मसला है वा वो इन्हें जाली दस्तखत साढ़े कर लिया करके इन्हें अपने करा लिया उन्होंने अं चैलेंज किया कोर्ट च जो कोर्ट डिसीजन करेगी अभी वो मनन के पाबंद कोर्ट के बाद अच्छा दूजिया ये आ दरखास्तां कढ़ियां ने हुण धमकियां देण दिया सानू कि मैं खा के कुछ बरजना जे मतलब मेरू आ करदे ने भी मतलब क्यों इहदा केस कीता दसो तो वोटर साडी तों दब के बह गया साडे दरखास्तां तों एसएसपी दे तू गुड्डा स्टाफ दवे तू डीसी दफ्तर दवे तो असी जिहड़ा तू साडा कनैक्शन ही आप ला लें तो की गल हुण असीं चैलेंज दी करदे कोर्ट च साडे नाल धक्का करदे असीं कोर्ट च करा नहीं आता कोर्ट च केस क्यों कीता तो हां मैं तुहाडे सिर चढ़ के दवाई खा के मर जाणा आ गल्लां करन वाली है मैं कोई मंग नहीं मैं तो यो गल करना भी साडा वोटर जी कनैक्शन सांझा वा जो कोर्ट चलन दिया केस जो डिसीजन हो जाएगा अभी उन्होंने मनने पाते हैं रही गल जी पैली की गल करता मेरी पैली नहीं बहुत देते बत बिल्कुल नहीं तो मैं जमा बदिया विखाती ने यदा छे बरले थान बढ़ चढ़ गया सगू मैं छे बरले भी इनको नहीं रखता जो इन चढ़ गया अपनी वाहे जो मर जिथे जिथे मालकी आ जिसे तो मालकी तो अगर कागज विखा दे उसे अपनी मालकी वावे सगो उल्ट साडा कहता थान छड़न दिया है जोड़ा साडा मालकी का थान वो नहीं छड़न दिया है वह भी साडा छड़ाया जाए तो बेबुनियाद सारे है आरोप तो कोई गल कर नहीं शिकायती बंदा वा बिना वजह हरासमेंट पाउंडिया सानू ना कोई लाका ना कोई देखा इतना ना मतलब है।